ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਗੁਰਲੇਜ਼ ਅਖਤਰ ਦੀ। ਗੁਰਲੇਜ਼ ਅਖਤਰ ਪੰਜਾਬ ਦੀ ਉਹ ਮਹਾਨ ਗਾਇਕ ਹੈ ਜਿਨ੍ਹਾਂ ਨੇ ਪੰਜਾਬੀ 'ਮਿਊਜ਼ਿਕ ਇੰਡਸਟਰੀ ਵਿੱਚ ਨਵੇਂ ਰਿਕਾਰਡ ਬਣਾਏ ਹਨ। ਉਹਨਾਂ ਦੇ ਲਗਭਗ 600 ਤੋਂ ਵੀ ਜ਼ਿਆਦਾ ਸੌਂਗ ਆ ਚੁੱਕੇ ਹਨ ਅਤੇ ਕਾਫੀ ਸਾਰੀਆਂ ਸੋਲੋ ਐਲਬਮਸ ਵੀ ਆ ਚੁੱਕੀਆਂ ਹਨ। ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਗੁਰਲੇਜ਼ ਅਖਤਰ ਦੀ ਲਾਈਫ, ਪਰਿਵਾਰ ਅਤੇ ਕੈਰੀਅਰ ਬਾਰੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਲਦੀ ਤੋਂ ਜਲਦੀ ਸਾਡਾ ਚੈਨਲ ਰੋਇਲ ਪੰਜਾਬ ਸਬਸਕ੍ਰਾਈਬ ਕਰ ਦਿਉ ਅਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਵੀ ਕਰ ਦਿਓ। ਅਤੇ ਗੱਲ ਕਰਦੇ ਹਾਂ ਗੁਰਲੇਜ਼ ਅਖਤਰ ਦੇ ਜੀਵਨ ਬਾਰੇ। ਗੁਰਲੇਜ਼ ਅਖਤਰ ਦਾ ਜਨਮ 3 ਮਾਰਚ 1986 ਨੂੰ ਮਾਤਾ ਰਾਣੀ ਦੀ ਕੁੱਖੋਂ ਅਤੇ ਪਿਤਾ ਦਰਸ਼ਨ ਖਾਨ ਦੇ ਘਰ ਜ਼ਿਲ੍ਹਾ ਲੁਧਿਆਣਾ, ਪੰਜਾਬ ਵਿਖੇ ਹੋਇਆ। ਉਹਨਾਂ ਨੂੰ ਬਚਪਨ ਤੋਂ ਹੀ ਸਿੰਗਿੰਗ ਦਾ ਸ਼ੌਂਕ ਸੀ। ਉਹਨਾਂ ਨੂੰ ਗਾਇਕੀ ਵਿਰਾਸਤ ਵਿੱਚੋਂ ਹੀ ਮਿਲੀ। ਗੁਰਲੇਜ਼ ਅਖਤਰ ਨੇ ਆਪਣੀ +2 ਤੱਕ ਦੀ ਪੜ੍ਹਾਈ ਗੁੱਜਰ ਖਾਨ ਸਕੂਲ ਲੁਧਿਆਣਾ ਤੋਂ ਹੀ ਪੂਰੀ ਕੀਤੀ ਅਤੇ ਗ੍ਰੈਜੂਏਸ਼ਨ ਕਰਨ ਲਈ ਰਾਮਗੜੀਆ ਕਾਲਜ ਲੁਧਿਆਣਾ ਵਿਖੇ ਦਾਖਲਾ ਲਿਆ। ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ ਅਕਸਰ ਗੁਰਲੇਜ਼ ਅਖਤਰ ਸਿੰਗਿੰਗ ਦੇ ਕੰਪੀਟੀਸ਼ਨ ਵਿੱਚ ਭਾਗ ਲੈਂਦੀ ਸੀ ਅਤੇ ਗੁਰਲੇਜ਼ ਅਖਤਰ ਦੇ ਸਿੰਗਿੰਗ ਨੂੰ ਪ੍ਰੋਫੈਸ਼ਨ ਦੇ ਤੌਰ 'ਤੇ ਅਪਣਾਉਣ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਿੰਗਿੰਗ ਨੂੰ ਪ੍ਰੋਫੈਸ਼ਨ ਦੇ ਤੌਰ 'ਤੇ ਆਪਣੇ ਪਿਤਾ ਦਰਸ਼ਨ ਖਾਨ ਦੀ ਡੈਥ ਤੋਂ ਬਾਅਦ ਅਪਣਾਇਆ ਅਤੇ ਗੁਰਲੇਜ਼ ਅਖਤਰ ਨੂੰ ਆਪਣੇ ਕੈਰੀਅਰ ਬਾਰੇ ਅੱਗੇ ਵਧਣ ਲਈ ਉਹਨਾਂ ਦੀ ਮਾਤਾ ਰਾਣੀ ਜੀ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ ਅਤੇ ਗੁਰਲੇਜ਼ ਅਖਤਰ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਉਹਨਾਂ ਨੇ ਵੱਡਾ ਯੋਗਦਾਨ ਪਾਇਆ। ਗੁਰਲੇਜ਼ ਅਖਤਰ ਦਾ ਸ਼ੁਰੂਆਤੀ ਸੌਂਗ ਹੱਸਣਾ ਤਾਂ ਮੇਰਾ ਇਹ ਸੁਭਾਅ ਮੁੰਡਿਆ ਐਵੇਂ ਦਿਲ 'ਤੇ ਨਾ ਲਾ ਸੁਖਵਿੰਦਰ ਸੁੱਖੀ ਨਾਲ ਆਇਆ ਅਤੇ ਉਹਨਾਂ ਦਾ ਇਹ ਪਹਿਲਾ ਗਾਣਾ ਹੀ ਸੁਪਰ ਡੁਪਰ ਹਿੱਟ ਗਿਆ। ਇਸ ਤੋਂ ਬਾਅਦ ਗੁਰਲੇਜ਼ ਅਖਤਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਚਾਹੇ ਅੱਜ ਗੁਰਲੇਜ਼ ਅਖਤਰ ਡਿਊਡ ਸੌਂਗ ਦੀ ਕੁਈਨ ਬਣ ਚੁੱਕੀ ਹੈ, ਇਸ ਮੁਕਾਮ ਨੂੰ ਹਾਸਿਲ ਕਰਨ ਲਈ ਉਹਨਾਂ ਨੇ ਕਈ ਸਾਲ ਮਿਹਨਤ ਅਤੇ ਸੰਘਰਸ਼ ਕੀਤੀ। ਬਹੁਤ ਚੰਗੇ ਮਾੜੇ ਟਾਈਮ ਵੀ ਦੇਖੇ ਪਰ ਕਦੇ ਹਿੰਮਤ ਨਾ ਹਾਰੀ ਅਤੇ ਅੱਗੇ ਵੱਧ ਗਏ। ਉਹਨਾਂ ਨੇ ਦੱਸਿਆ ਕਿ ਸਟਰੈਗਲ ਟਾਈਮ 'ਤੇ ਕੁਝ ਲੋਕ ਅਜਿਹੇ ਮਿਲੇ ਜੋ ਉਹਨਾਂ ਦੀ ਸਪੋਰਟ ਕਰ ਸਕਦੇ ਸੀ ਪਰ ਉਹਨਾਂ ਨੇ ਜਾਣ ਬੁੱਝ ਕੇ ਨਹੀਂ ਕੀਤੀ। ਭਾਵੇਂ ਲੋਕ ਕਰੀਬੀ ਸੀ ਪਰ ਅਕਸਰ ਲਾਰੇ ਲਾਉਂਦੇ ਰਹਿੰਦੇ ਸੀ। ਉਹਨਾਂ ਨੇ ਦੱਸਿਆ ਕਿ ਇਹ ਗੱਲ ਬਹੁਤ ਚੁਭਦੀ ਹੈ ਪਰ ਗੁਰਲੇਜ਼ ਅਖਤਰ ਨੇ ਕਿਹਾ ਕਿ ਇਹ ਗੱਲ ਅਸੀਂ ਦਿਲ 'ਤੇ ਨਹੀਂ ਲਾਉਂਦੇ ਅਤੇ ਜਿਨ੍ਹਾਂ ਨੇ ਬੁਰੇ ਵਕਤ ਵਿੱਚ ਸਾਥ ਦਿੱਤਾ ਉਹਨਾਂ ਦੇ ਅਸੀਂ ਦਿਲੋਂ ਧੰਨਵਾਦੀ ਹਾਂ। ਦੋਸਤੋ, ਹੁਣ ਆਪਾਂ ਗੁਰਲੇਜ਼ ਅਖਤਰ ਦੇ ਮਿਊਜ਼ਿਕ ਕਰੀਅਰ ਦੀ ਗੱਲ ਕਰਦੇ ਹਾਂ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਗੁਰਲੇਜ਼ ਅਖਤਰ ਦੇ ਹੁਣ ਤੱਕ ਬਹੁਤ ਸਾਰੇ ਗਾਣੇ ਰਿਕਾਰਡ ਹੋ ਚੁੱਕੇ ਹਨ। ਉਹਨਾਂ ਨੇ ਕਈ ਸਾਰੇ ਨਵੇਂ ਸਿੰਗਰਾਂ ਨਾਲ ਡਿਊਡ ਸੌਂਗ ਵੀ ਗਾਏ ਹਨ ਜੋ ਕਿ ਕਾਫੀ ਸੁਪਰ ਡੁਪਰ ਹਿੱਟ ਰਹੇ ਹਨ। ਪਰ ਜੇਕਰ ਆਪਾਂ ਕੁਝ ਸੁਪਰ ਡੁਪਰ ਹਿੱਟ ਗਾਣਿਆਂ ਦੀ ਗੱਲ ਕਰੀਏ, ਹੱਸਣਾ ਤਾਂ ਮੇਰਾ ਇਹ ਸੁਭਾਅ ਮੁੰਡਿਆ, ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇ ਵੇ ਮਾਈਆ, ਮੋਟਰ 'ਤੇ ਕੀ ਲਾਚੀਆਂ ਵਾਲਾ ਬਾਗ ਲਾ ਲਿਆ ਵੇ। ਅਤੇ ਹੁਣ ਜੇਕਰ ਨਵੇਂ ਸੌਂਗਸ ਦੀ ਗੱਲ ਕਰੀਏ ਤਾਂ ਜੀ ਵੈਗਨ, ਅੰਡਰ ਐਸਟੀਮੇਟ, ਡੋਂਟ ਵਰੀ, ਸਕਰੈਚ, ਮਾਸਟਰਪੀਸ ਅਤੇ ਹੋਰ ਬਹੁਤ ਸਾਰੇ ਗਾਣੇ ਆ ਚੁੱਕੇ ਹਨ ਜੋ ਕਿ ਬਹੁਤ ਸੁਪਰ ਡੁਪਰ ਹਿੱਟ ਰਹੇ ਹਨ। ਅਤੇ ਅੱਜ ਦੇ ਟਾਈਮ ਵਿੱਚ ਗੁਰਲੇਜ਼ ਅਖਤਰ ਇੰਨੇ ਮਸ਼ਹੂਰ ਹੋ ਚੁੱਕੇ ਹਨ ਕਿ ਹਰ ਕਲਾਕਾਰ ਉਹਨਾਂ ਨਾਲ ਗਾਣਾ ਕਰਦਾ ਹੈ ਅਤੇ ਅੱਜ ਦੇ ਟਾਈਮ ਵਿੱਚ ਉਹ ਬਹੁਤ ਟ੍ਰੈਂਡਿੰਗ ਵਿੱਚ ਚੱਲ ਰਹੇ ਹਨ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਗੁਰਲੇਜ਼ ਅਖਤਰ ਦੀ ਫੈਮਿਲੀ ਦੀ। ਗੁਰਲੇਜ਼ ਅਖਤਰ ਦੀ ਮੈਰਿਜ ਸਾਡੇ ਪੰਜਾਬ ਦੇ ਵਧੀਆ ਗਾਇਕ ਕੁਲਵਿੰਦਰ ਕੈਲੀ ਜੀ ਨਾਲ ਹੋਈ ਹੈ ਅਤੇ ਉਹਨਾਂ ਦੇ ਘਰ ਇੱਕ ਸਪੁੱਤਰ ਨੇ ਜਨਮ ਲਿਆ ਜਿਸਦਾ ਨਾਮ ਦਾਨਵੀਰ ਸਿੰਘ ਹੈ। ਗੁਰਲੇਜ਼ ਅਖਤਰ ਦੀ ਆਪਣੀ ਕਾਮਯਾਬੀ ਪਿੱਛੇ ਉਸਦੇ ਪਤੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ।
ਜਿਨ੍ਹਾਂ ਨੇ ਹਮੇਸ਼ਾ ਗੁਰਲੇਜ਼ ਅਖਤਰ ਦੀ ਸਪੋਰਟ ਕੀਤੀ। ਇਸ ਨਾਲ ਹੀ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਦੀ ਲਵ ਸਟੋਰੀ ਵੀ ਬਹੁਤ ਇੰਟਰਸਟਿੰਗ ਹੈ, ਕਿਉਂਕਿ ਦੋਵੇਂ ਇੱਕ ਦੂਜੇ ਦੇ ਫੈਨ ਸੀ ਅਤੇ ਇੱਕ ਦੂਜੇ ਦੇ ਗਾਣੇ ਸੁਣਦੇ ਰਹਿੰਦੇ ਸੀ। ਗੁਰਲੇਜ਼ ਅਖਤਰ ਨੂੰ ਕੁਲਵਿੰਦਰ ਕੈਲੀ ਦਾ ਸੌਂਗ ਸੋਹਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ, ਅੱਲਾ ਕਰੇ ਮੈਂ ਮਰ ਜਾਵਾਂ ਬਹੁਤ ਪਸੰਦ ਸੀ, ਅਤੇ ਕੈਲੀ ਵੀ ਅਕਸਰ ਗੁਰਲੇਜ਼ ਅਖਤਰ ਦੇ ਸੌਂਗ ਸੁਣਦੇ ਰਹਿੰਦੇ ਸੀ। ਇਸ ਤਰ੍ਹਾਂ ਉਹਨਾਂ ਦੀ ਨਜ਼ਦੀਕੀਆਂ ਵੱਧਦੀਆਂ ਗਈਆਂ ਅਤੇ ਉਹਨਾਂ ਦਾ ਦੋਸਤੀ ਦਾ ਰਿਸ਼ਤਾ ਪਤੀ ਪਤਨੀ ਵਿੱਚ ਬਦਲ ਗਿਆ, ਅਤੇ ਦੋਨੋਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਨ, ਕਿਉਂਕਿ ਵਾਹਿਗੁਰੂ ਜੀ ਦਾ ਦਿੱਤਾ ਉਹਨਾਂ ਕੋਲ ਸਭ ਕੁਛ ਹੈ ਅਤੇ ਉਹਨਾਂ ਦਾ ਪਰਿਵਾਰ ਬਹੁਤ ਖੁਸ਼ਹਾਲ ਹੈ। ਅਤੇ ਜੇਕਰ ਆਪਾਂ ਗੁਰਲੇਜ਼ ਅਖਤਰ ਦੇ ਪੇਕੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ 3 ਭਰਾ ਅਤੇ 1 ਭੈਣ ਹੈ। ਸੋ ਦੋਸਤੋ, ਅਸੀਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਹ ਇੱਦਾਂ ਹੀ ਤਰੱਕੀ ਕਰਦੇ ਰਹਿਣਾ। ਦੋਸਤੋ, ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਰੋਇਲ ਪੰਜਾਬ ਸਬਸਕ੍ਰਾਈਬ ਕਰੋ।